हाँ जी तो स्वागत है ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ। ਅੱਜ ਆਪਾਂ ਚੱਲੇ ਸੀਗੇ ਬੂਬਰਾਂ ਵਾਲੀ ਪੇਟੀ ਲੈਣ, ਨਵੀਂ ਬਣਨੀ ਦਿੱਤੀ ਸੀਗੀ। ਉਹਦਾ ਪਹਿਲਾਂ ਤੇ ਬਲੌਗ ਬਣਿਆ ਨਹੀਂ, ਜਿੱਦਣ ਬਣਨੀ ਦੇਣ ਗਏ ਸੀਗੇ ਤੇ ਇੱਕ ਬੂਬਰਾਂ ਦੀ ਪੇਟੀ ਲੈ ਕੇ ਆਉਣੀ ਹੈ ਨਵੀਂ। ਚਾਰ ਬੂਬਰਾਂ ਵਾਲੀ ਇਕੱਠੀ ਆ ਤੇ ਇੱਕ ਆਪਾਂ ਇੰਪਲਾਈਜ਼ ਦਾ ਐਂਪ ਲੈ ਕੇ ਆਉਣਾ, ਮੋਨੋ ਐਂਪ। ਉਹ ਆਪਾਂ ਥੱਲੇ ਲਾਉਣਾ ਹੈ, ਜਿੱਦਾਂ ਅੱਗੇ 6 ਲੱਗੇ ਹੁੰਦੇ ਸੀ ਹੁਣ 8 ਕਰ ਦੇਣੇ ਆਪਾਂ। ਤੇ ਹੋਲੇ ਮਹੱਲੇ ਦੇ ਲਈ ਜਿੱਦਾਂ ਪਿਛਲੇ ਸਾਲ ਵੀ ਆਪਾਂ 8 ਲਾ ਕੇ ਲਗਾਏ ਸੀ, ਪਰ ਪਿਛਲੇ ਸਾਲ ਪੇਟੀਆਂ ਵੱਖਰੀਆਂ ਵੱਖਰੀਆਂ ਸੀ ਤੇ ਐਤਕੀ ਆਪਾਂ ਇੱਕ ਪੇਟੀ ਬਣਾਈ ਆ। ਤੇ ਹੁਣ ਆਪਾਂ ਚੱਲੇ ਗਏ ਲੈਣ ਪੇਟੀ ਲੈਣ, ਤੇ ਹੁਣ ਜਾ ਕੇ ਮਿਲਦੇ ਆ। ਤੇ ਨਾਲੇ ਇੱਕ ਆਪਾਂ ਬੂਫਰ ਲੈ ਕੇ ਆਉਣੇ ਆ, ਮੁੰਡਾ ਲੈ ਕੇ ਗਿਆ ਸੀਗਾ ਆਪਣੇ, ਜਿਹੜੇ ਸਾਡੇ 2 JBL ਵਾਲੇ ਬੂਫਰ ਸੀ ਉਹ। ਤੇ ਜਾ ਕੇ ਹੁਣ ਮਿਲਦੇ ਆ। ਹਾਂਜੀ ਤੇ ਪੇਟੀ ਆਪਾਂ ਲੈ ਆਂਦੇ ਸੀਗੇ ਕੱਲ, ਤੇ ਰਾਤੀ ਫੋਨ ਆਪਣਾ ਹੋ ਗਿਆ ਇਹਦੇ ਘਰ ਲੋ, ਤਾਂ ਕਰਕੇ ਆਪਣੇ ਕੋਲ ਵੀਡੀਓ ਬਣੀ ਨਹੀਂ। ਹੁਣ ਇੱਥੇ ਮਾੜਾ ਜਿਹਾ ਪਰੱਖ ਕੇ ਦੇਖਣ ਲੱਗੇ ਸੀ, ਨਾਲੇ ਬੂਫਰ ਵੀ ਲੈ ਆਂਦੇ ਸੀ ਆਪਾਂ ਇਹ ਚਲਾਉਣ ਨੂੰ। ਤੇ ਸਪੀਕਰ ਆਪਾਂ ਐਤਕੀ ਹੁਣ ਵਧਾਉਣੇ ਆ, ਦੇਖਦੇ ਹਾਂ ਜਾਂ 6 ਲਾਵਾਂਗੇ ਅਤੇ ਜਾਂ ਸਪੀਕਰ 8 ਲਿਆਵਾਂਗੇ। ਸਪੀਕਰ ਵੀ 2 ਨਵੇਂ ਲਿਆਂਦੇ ਆ, ਉਹ ਵੀ ਦਿਖਾਉਣਾ ਲਿਆ ਕੇ। ਪਹਿਲਾਂ ਆਪਾਂ ਹੁਣ ਗੱਡੀ ਚੋਲ ਕੱਢੀ ਸੀ ਤਾਂ ਮੈਂ ਕਿਹਾ ਰੱਖ ਕੇ ਦੇਖ ਲਈਏ ਵੀ ਕਿੱਦਾਂ ਸਾਈਜ਼ ਸੂਜ਼ ਸਹੀ ਆ। ਆਹ ਤਾਂ ਪੁਰਾਣੇ ਦੀਆਂ ਤਾਂ ਪੱਤੀਆਂ ਆਪਾਂ ਨੂੰ ਕੱਟਣੀਆਂ ਪੈਣੀਆਂ, ਕਿਉਂਕਿ ਐਤਕੀ ਜਿਹੜੀ ਪੇਟੀ ਬਣਾਈ ਆ ਆਪਾਂ ਫੁੱਲ ਬਣਾਈ ਆ, ਮਰਗਾੜ ਦੇ ਇੱਦਾਂ ਇਹਦੇ ਹਿਸਾਬ ਨਾਲ ਇੱਥੇ ਰੱਖ ਕੇ। ਅਤੇ ਆਹ ਵੀ ਸਲੜੀ ਵੀ ਕੱਟਣੀ ਪੈਣੀ ਆ, ਹੁਣ ਨਵੀਆਂ ਪੱਤੀਆਂ ਫਿਲਵਾ ਲਵਾਂਗੇ ਇੱਥੇ। ਮਾੜਾ ਜਿਹਾ ਪਹਿਲਾਂ ਆਪਾਂ ਰੱਖ ਕੇ ਦੇਖ ਲਈਏ ਸਾਈਜ਼ ਸਹੀ ਆ। ਅਤੇ ਗੱਡੀ 'ਚੋਂ ਵੀ ਆਪਾਂ ਸਪੀਕਰ ਅਤੇ ਬੂਫਰ ਕੱਢ ਲਏ ਸੀਗੇ, ਆਹ ਵਾਲੇ 2 ਗੱਡੀ 'ਚ ਲੱਗੇ ਸੀ। ਅਤੇ ਆਹ ਤਾਂ ਜਿਹੜੇ ਆਪਾਂ 6 ਉਹ ਲਾਈ ਦੇ ਆ ਥੱਲੇ JBL ਦੇ ਉਹ ਵਾਲੇ ਆ, ਇਹ ਵੀ ਖੋਲ੍ਹ ਲਏ ਸੀਗੇ ਦੂਜੀ ਪੇਟੀ 'ਚੋਂ। ਅਤੇ 2 ਆਹ ਥੱਲੇ ਪਏ ਆ ਇੱਧਰ, ਇਹ ਵੀ ਲਾਵਾਂਗੇ ਹੁਣ 2 ਕਿੱਕਰ ਦੇ ਅਤੇ 2 JBL ਦੇ। ਐਂਪਲਾਈਜ ਦਾ ਐਂਪ ਆ ਇਹ 1-4 ਚੱਕ ਲੈਂਦਾ ਸਿੰਗਲ ਕਵੈਲ ਵਧੀਆ, ਅਤੇ ਇੱਥੇ ਲਾਵਾਂਗੇ। ਉੱਦਾਂ ਆਪਣੇ ਕੋਲ ਹੈਗਾ ਹੀ ਆ ਮੋਨੋ ਪਿਆ, ਐਕਸਟਰਾ ਜੇ ਲੋੜ ਪਈ ਤਾਂ ਉਹ ਲਾ ਦੇਵਾਂਗੇ। ਅੱਬਲ ਤਾਂ ਇੰਨਾ ਚੱਕ ਲੈਣੇ ਆ, ਕਿਉਂਕਿ ਅੱਗੇ ਅਸੀਂ ਦੇਖਿਓ ਟੈਸਟ ਕਰਕੇ ਦੋਨੇ ਵਧੀਆ ਚਲਾਉਂਦਾ ਜਾ ਰਹੇ। ਅਤੇ ਇੱਕ ਆਪਾਂ ਨਵਾਂ ਜਗਾੜ ਲਿਆਂਦਾ, ਇਹ ਜਿੱਦਾਂ ਨਾ ਜਿਹੜੀ ਆਪਣੀ ਪ੍ਰੈਸ਼ਰ ਹੋਰਨ ਵਾਲੀ ਟੈਂਕੀ ਆ ਉਹਦੀ ਹਵਾ ਲੀਕ ਹੁੰਦੀ ਰਹਿੰਦੀ ਸੀਗੀ ਕੰਪਰੈਸ਼ਰ ਵਾਲੀ ਸਾਈਡ ਤੋਂ, ਅਤੇ ਇਹ ਉਹਦੇ ਵਿੱਚ ਜਿਹੜਾ ਕੰਪਰੈਸ਼ਰ ਤੋਂ ਪੈਪ ਆਉਂਦਾ ਆ ਉਹਦੇ ਵਿੱਚ ਲੱਗ ਜਾਣਾ ਆ, ਇਹਨਾਂ ਹਵਾ ਨਹੀਂ ਲੀਕ ਹੋਊਗੀ। ਜਦੋਂ ਹਵਾ ਜਿੱਦਾਂ ਭਰਨੀ ਆ ਅਤੇ ਆਹ ਬਾਲਿਆਂ ਨੂੰ ਹੋ ਕੇ ਹਵਾ ਭਰ ਜਾ ਕਰਨੀ, ਜਦੋਂ ਕੰਪਰੈਸ਼ਰ ਬੰਦ ਕਰਨਾ ਉਹ ਇੱਧਰ ਲੱਗ ਜਾ ਕਰਨਾ। ਅਤੇ ਇਹ ਵੀ ਆਪਾਂ ਹੁਣ ਕਰਾਵਾਂਗੇ ਫਿੱਟ, ਕਿਉਂਕਿ ਅੱਗੇ ਇਹਦੀ ਬਹੁਤ ਸਮੱਸਿਆ ਆਉਂਦੀ ਜਦੋਂ ਆਪਾਂ ਕੰਪਰੈਸ਼ਰ ਬੰਦ ਕਰ ਦਿੰਦੇ ਹਾਂ ਹੌਲੀ ਹੌਲੀ ਹਵਾ ਘੱਟਦੀ ਰਹਿੰਦੀ ਸੀ, ਹੁਣ ਇਹ ਘਟੂਗੀ ਨਹੀਂ। ਅਤੇ ਆਪਾਂ ਕੱਟ ਲਿਆ ਸੀਗਾ ਪੈਪ ਇੱਦਾਂ ਸੀਗੇ, ਇਹ ਹੁਣ ਇੱਕ ਇੱਧਰਲੀ ਸਾਈਡ ਲੱਗ ਜੂਗਾ ਅਤੇ ਇੱਕ ਦੂਜੀ ਸਾਈਡ। ਇਹ ਜਿਹੜਾ ਇੱਕ ਸਾਈਡ ਆਪਾਂ ਇੱਥੇ ਵੈਲਡ ਕਰਾ ਲੈਣੀ ਹੈ ਗੈਸ ਵੈਲਡਿੰਗ, ਅਤੇ ਇੱਕ ਇੱਧਰਲੀ ਸਾਈਡ, ਫਿਰ ਗੱਬੇ ਚੂੜੀ ਨਾਲ ਹੋ ਜੂਗਾ, ਕਿਉਂਕਿ ਅੱਗੇ ਜਾ ਕੇ ਜੇ ਕੁਛ ਖਰਾਬ ਵੀ ਹੋ ਜਾਵੇ ਇੱਥੇ ਤਾਂ ਆਪਾਂ ਚੇਂਜ ਕਰ ਸਕਦੇ ਹਾਂ। ਜੇ ਆਪਾਂ ਸਿੱਧੀ ਗੈਸ ਵੈਲਡਿੰਗ ਇਹਨੂੰ ਇੱਥੇ ਕਰਾ ਦਿੰਦੇ ਤਾਂ ਆਪਾਂ ਨੂੰ ਫਿਰ ਜੇ ਕੁਛ ਵੀ ਵਿੱਚ ਹੋ ਜਾਂਦਾ ਤਾਂ ਸਾਰੀ ਕਟਾਉਣੀ ਪੈਣੀ ਸੀ ਗੈਸ ਵੈਲਡਿੰਗ, ਤਾਂ ਕਰਕੇ ਹੁਣ ਜੇਕਰ ਗਾਹਾਂ ਖਰਾਬ ਵੀ ਹੋਊਗਾ ਤਾਂ ਆਪਾਂ ਸਿੱਧਾ ਨਵਾਂ ਲਿਆ ਕੇ ਇੱਦੀ ਚੇਂਜ ਕਰ ਦੇਵਾਂਗੇ। ਅਤੇ ਹੁਣ ਚੱਲਦੇ ਹਾਂ ਆਪਾਂ ਸ਼ਹਿਰ ਨੂੰ ਗੈਸ ਵੈਲਡਿੰਗ ਕਰਾਉਣ, ਕਿਉਂਕਿ ਇੱਦਾਂ ਗੈਸ ਵੈਲਡਿੰਗ ਹੋਣੀ ਨਹੀਂ ਇੱਥੇ ਪ੍ਰੋਪਰ ਤਰੀਕੇ ਨਾਲ, ਤਾਂ ਕਰਕੇ ਇੱਕ ਟੈਂਕੀ ਆਪਾਂ ਨੂੰ ਖੋਲ੍ਹਣੀ ਪੈਣੀ ਉੱਥੇ ਜਾ ਕੇ ਵੀ, ਤਾਂ ਆਪਾਂ ਫਿਰ ਇੱਥੋਂ ਟੈਂਕੀ ਖੋਲ੍ਹ ਕੇ ਲੈ ਜਾਣੀ ਆ। ਅਤੇ ਹੁਣ ਖੋਲ੍ਹਣ ਲੱਗੇ ਆਪਾਂ ਟੈਂਕੀ, ਪਹਿਲਾਂ ਪੈਪ ਪੂਪ ਖੋਲ੍ਹ ਲਈਏ ਜਿੱਦਾਂ ਆ ਪੀਪਣੀ ਵਾਲਾ ਪੈਪ ਆ, ਜਾਂ ਆਹ ਗੰਨ ਜਿਹੜੀ ਏਅਰ ਗੰਨ ਆ, ਅਤੇ ਆਹ ਮੀਟਰ ਦਾ, ਅਤੇ ਆਹ ਤਾਂ ਚਲੋ ਹੈਗਾ ਜੀ ਜਿਹੜਾ ਕੰਪਰੈਸ਼ਰ ਤੋਂ ਆ, ਇਹ ਕੰਪਰੈਸ਼ਰ 'ਚੋਂ ਖੋਲ੍ਹਣਾ। ਹੁਣ ਪਹਿਲਾਂ ਆਹ ਟੈਂਕੀ ਖੋਲ੍ਹਦੀ ਆ, ਨੱਡਾਂ ਦਾ ਖੋਲ੍ਹ ਜਾਣੀ ਆ। ਸੋ ਆਪਾਂ ਖੋਲ੍ਹ ਲਈਏ, ਕਿਉਂਕਿ ਆਹ ਵਾਲਾ ਪੈਪ ਖੋਲ੍ਹ ਕੇ ਨਾਲ ਲਿਜਾਣਾ ਪੈਣਾ, ਤਾਂ ਹੀ ਟੈਂਕੀ ਖੁੱਲ੍ਹਣੀ ਆ। ਇਹਨੂੰ ਹੁਣ ਆਪਾਂ ਖੋਲ੍ਹਦੇ ਹਾਂ ਕੰਪਰੈਸ਼ਰ, ਜਿਹੜੇ ਹਵਾ ਜਾਂਦੀ ਆ ਨਾ ਉੱਧਰ ਭਰਦਾ ਉਹ ਵਾਲਾ ਪੈਪ ਆ, ਇਹਦੇ ਨਾਲ ਆਪਦੀ ਚਾਬੀ ਲੈ ਕੇ ਖੋਲ੍ਹਦੇ ਹਾਂ। ਅਤੇ ਉੱਧਰ ਲੱਗਾ ਆ ਖੁੱਲ੍ਹਣ ਟੈਂਕੀ, ਪਹਿਲਾਂ ਜਾਣੂ ਆਪਾਂ ਆਹ ਖੋਲ੍ਹ ਲਈਏ। ਚਾਬੀ ਆਪਾਂ ਲੈਣ ਦੀ ਆ, ਇਹਨੂੰ ਹੁਣ ਖੋਲ੍ਹਦੇ ਹਾਂ। ਦੂਜੀ ਸਾਈਡ ਜਾ ਕੇ ਕੱਢਦੀ ਹਾਂ ਇੱਥੋਂ, ਟੈਂਕੀ ਵੀ ਇੱਧਰ ਖੁੱਲ੍ਹੇ ਚੱਲੀ ਆ ਆਲਮੋਸਟ, ਅਤੇ ਆਹ ਤਾਂ ਆ ਗਿਆ ਪੈਪ ਜਾਨੂੰ ਆਪਾਂ ਆਹ ਖੋਲ੍ਹ ਦਈਏ, ਇਹਨੂੰ ਆਹ ਖੋਲ੍ਹ ਟੈਂਕੀ ਆਪਣੀ ਗਈ ਆ ਖੋਲ੍ਹ, ਅਤੇ ਆਹ ਵੀ ਖੋਲ੍ਹ ਦਈਏ ਹੁਣ। ਖੁੱਲ ਗਿਆ ਅਤੇ ਇੱਧਰੋਂ ਰਹਿ ਗਿਆ, ਇਹ ਵੀ ਦੇਖਦੇ ਹਾਂ
ਪੇਜ ਕਿਹਦਾ ਨਾ ਖੋਲ ਲਾ ਹੈਗਾ ਕਿੰਨਾ ਹੋ ਗਿਆ ਆ ਰਿਹਾ ਤੇ ਆ ਰਿਹਾ ਇਸ ਨਾਟ ਇੱਧਰ ਵੀ ਆਪਾਂ ਦੋਨੇ ਖੋਲਤੇ ਆ ਕਲਾਂਪਾਂ ਦੇ ਬਸ ਆ ਮੜ ਜਾ ਆ ਹੁਣ ਖਿੱਚ ਕੇ ਨਿਕਲਣੇ ਔਖੇ ਕਿਉਂਕਿ ਬਹੁਤ ਟਾਈਮ ਦੇ ਇੱਦੇ ਲੱਗਿਓ ਪਲਾਸ ਨਾ ਖਿੱਚ ਲਾ ਕਲਾਂਪ ਖੁੱਲ ਗਏ ਆ ਹੁਣ ਦੋਨੇ ਬਸ ਪੈ ਪੈ ਰਹਿ ਗਏ ਆ ਨਿਕਲਣੇ ਵੀ ਨਹੀਂ ਸੌਖੇ ਕਿਉਂਕਿ ਬਹੁਤ ਟਾਈਮ ਦੇ ਇੱਦੇ ਲੱਗੀ ਹੋ ਵਾ ਇੰਨਾ ਦੇ ਲਾ ਪਲਾਸ ਨਾ ਖਿੱਚ ਗਿਆ ਖਿੱਚਦਾ ਨਿਕਲ ਗਿਆ ਇੱਕ ਇੱਧਰਲੇ ਵੀ ਹੁਣ ਦੇਖਦੇ ਕੱਢ ਕੇ ਇੱਦੇ ਆਪਾਂ ਟੈਂਕੀ ਫੜੀ ਟੈਂਕੀ ਹਿੱਲਦੀ ਆ ਖੁੱਲ੍ਹ ਜਾਣੀ ਜੀ ਖਿੱਚਦੇ ਹੁਣ ਇੱਧਰੋਂ ਕਰਤਾ ਪਹਿਲਾਂ ਕੱਢ ਲਈਏ ਫਿਰ ਵੀਡੀਓ ਬਣਾਉਂਦੇ ਚੱਲ ਨਿਕਲ ਗਿਆ ਨਿਕਲ ਨਿਕਲ ਗਿਆ ਹੁਣ ਇਹਨੂੰ ਕਰਾ ਕੇ ਲਿਆਉਣੀ ਗੈਸ ਵੈਲਡਿੰਗ ਸਮਾਨ ਚੱਕ ਲਈਏ ਅੱਜ ਦੇ ਦੁਕਾਨ 'ਤੇ ਗਏ ਸੀ ਆਪਾਂ ਆ ਗੈਸ ਵੈਲਡਿੰਗ ਵਾਲੀ 'ਤੇ ਹੁਣ ਲੱਗੇ ਹਾਂ ਗੈਸ ਵੈਲਡਿੰਗ ਕਰਾਉਣ ਪਹਿਲਾਂ ਟੈਂਕੀ ਵਾਲੀ ਸੈੱਟ ਕਰਨ ਲੱਗੇ ਹਾਂ ਹਾਂਜੀ ਅਤੇ ਗੈਸ ਵੈਲਡਿੰਗ ਕਰਾ ਲਿਆਉਂਦੀ ਸੀਗੀ ਆਪਾਂ ਆ ਇੱਧਰਲੀ ਸਾਈਡ ਇੱਦਾਂ ਹੋ ਗਈ ਅਤੇ ਆ ਇੱਧਰ ਅਤੇ ਗੱਬੇ ਆ ਕੱਸ ਕੇ ਪਹਿਲਾਂ ਹੁਣ ਟੈਂਕੀ ਕੱਸ ਲਈਏ ਫੇਰ ਕੱਸਦੇ ਹਾਂ ਇਹਨੂੰ ਅਤੇ ਬਾਅਦ 'ਚੋਂ ਤਾਂ ਕਲਰ ਕਰ ਦਾਂਗੇ ਅਤੇ ਕਾਲਾ ਹੀ ਬਲੈਕ ਕਲਰ ਕਰ ਦਾਂਗੇ ਹਾਂਜੀ ਅਤੇ ਟੈਂਕੀ ਲੱਗੀ ਆਪਾਂ ਹੁਣ ਵਿੱਚ ਫਿੱਟ ਕਰਨ ਨਟ ਪਲਾ ਟੈਂਕੀ ਆਪਾਂ ਕੱਸ ਦਿੱਤੀ ਸੀ ਹਾਲੇ ਕੱਸੀ ਨਹੀਂ ਇੱਦਾਂ ਆ ਨਟ ਪਾ ਦਿੱਤੇ ਸੀ ਹਾਲੇ ਐਡਜਸਟ ਹੋ ਜਾਣੀ ਉੱਥੇ ਥੱਲੇ ਬਾਅਦ 'ਚ ਟਾਈਟ ਕਰਾਂਗੇ ਪਹਿਲਾਂ ਲਾ ਲਈਏ ਫਿਰ ਉਸ ਹਿਸਾਬ ਨਾਲ ਕਿਉਂਕਿ ਇੱਧਰ ਵੀ ਲੱਗੂਗਾ ਨਾਲ ਜਿੱਥੇ ਸੈਟਿੰਗ ਆਊਗੀ ਫਿਰ ਉੱਥੇ ਕੱਸ ਦੇਵਾਂਗੇ ਟੈਂਕੀ ਹੁਣ ਪਹਿਲਾਂ ਆਪਾਂ ਇੱਥੇ ਲਾ ਦਈਏ ਆ ਤਾਂ ਗੱਲ ਭੇਟਦਾ ਇੱਥੇ ਇੱਦਾਂ ਵੀ ਲੀਕ ਨਾ ਹੋਊਗੀ ਇੱਦਾਂ ਲੱਗ ਜਾਣਗੇ ਇਹ ਬਾਕੀ ਇਹ ਹੁਣ ਆਪਾਂ ਰੇਂਜ ਨਾਲ ਜਾਂ ਵੱਡੀ ਜਾ ਦੇ ਨਾਲ ਦੀ ਚਾਬੀ ਲਿਆ ਕੇ ਕੱਸਦੇ ਹਾਂ ਚਾਬੀ ਲੈ ਆਵਾਂ ਮੈਂ ਫੇਰ ਇਹਨੂੰ ਕੱਸਦੇ ਹਾਂ ਚਾਬੀ ਲੈਣ ਦੀ ਹੈ ਆਪਾਂ ਹੁਣ ਕੱਸ ਦਈਏ ਹੁਣ ਬਹੁਤ ਹੀ ਕੱਸ ਹੋ ਗਿਆ ਅੱਬਲ ਤਾਂ ਲੀਕ ਹੋਊਗੀ ਨਹੀਂ ਬਾਕੀ ਜੇ ਹੋਊਗਾ ਫਿਰ ਚੈੱਕ ਕਰ ਲਾਂਗੇ ਅਤੇ ਇੱਧਰਲੀ ਸਾਈਡ ਤੋਂ ਜਿੱਦਾਂ ਹੁਣ ਹਵਾ ਭਰੂਗੀ ਤਾਂ ਆਹ ਅੰਦਰ ਨਟ ਚੱਲ ਜਾਏਗਾ ਨਾ ਫਿਰ ਆਪਾਂ ਭਰ ਜਾ ਕਰਨੀ ਅਤੇ ਜਦੋਂ ਹਵਾ ਬੰਦ ਹੋ ਗਈ ਭਰਨੀ ਫਿਰ ਫਿਰ ਇਹਨੂੰ ਆ ਜਾਣਾ ਅਤੇ ਉੱਧਰੋਂ ਹਵਾ ਨਿਕਲਣੀ ਬੰਦ ਹੋ ਜੂਗੀ ਹੁਣ ਆਹ ਵੀ ਪੈਪ ਲਾ ਦਈਏ ਹਾਂਜੀ ਅਤੇ ਦੋਨੇ ਸਾਈਡਾਂ ਕੱਸ ਦਿੱਤੀਆਂ ਆ ਅਰੇਂਜ ਨਾਲ ਕੱਸਤੀ ਇੱਧਰੋਂ ਅਤੇ ਇੱਧਰੋਂ ਤਾਂ ਚਾਬੀ ਨਾਲ ਕੱਸੇ ਹੋ ਗਈ ਸੀ ਹੁਣ ਇਹਦੀ ਸੈਟਿੰਗ ਜੀ ਕਰਕੇ ਦੇਖ ਲੈਂਦੇ ਵੀ ਇਹਨਾਂ ਦੇ ਨਾਲ ਵੀ ਨਾ ਲੱਗੇ ਅਤੇ ਆਹ ਇਹਨੂੰ ਕਰਕੇ ਲਾਉਂਦੇ ਹਾਂ ਅਤੇ ਫਿਰ ਆਹ ਬਾਕੀ ਪੈਪ ਵੀ ਲਾ ਦਈਏ ਅਤੇ ਆਹ ਟੈਂਕੀ ਹੁਣ ਸਹੀ ਹੈ ਇੱਥੇ ਅਤੇ ਇਹਦੇ ਵਿੱਚ ਵੀ ਗੈਪ ਹੈਗਾ ਆ ਇੰਨਾ ਕੁ ਉੱਤੇ ਫਰਕ ਹੈਗਾ ਆ ਹੁਣ ਇੱਥੋਂ ਪੈਪ ਅਤੇ ਉੱਧਰ ਲੱਗ ਜੂਗਾ ਹੁਣ ਇਹਨੂੰ ਆਪਾਂ ਕੱਸ ਦਈਏ ਇੱਥੇ ਆ ਢੇ ਢਿੱਲੇ ਰੱਖੇ ਐਡਜਸਟ ਕਰਨ ਨੂੰ ਅਤੇ ਬਾਕੀ ਪੈਪ ਪਹਿਲਾਂ ਲਾ ਲਈਏ ਫਿਰ ਕੱਸ ਦਿੰਦੇ ਹਾਂ ਆਹ ਪੈਪ ਲਾ ਦਿੱਤਾ ਇੱਧਰ ਜਿਹੜਾ ਪ੍ਰੈਸ਼ਰ ਹੋਰ ਨੂੰ ਜਾਣਾ ਅਤੇ ਆਹ ਮੀਟਰ ਆਉਣਗਾ ਇਹ ਵੀ ਚਾੜ ਦਈਏ ਇੱਥੇ ਅਤੇ ਇੱਕ ਆਹ ਵਾਲਾ ਆ ਇਹ ਹੈਗਾ ਆ ਆਪਣਾ ਜਿਹੜਾ ਹਵਾ ਮਾਰਨ ਵਾਲੀ ਗੰਨ ਜੀ ਲਾਈ ਉਹਦਾ ਪਹਿਲਾਂ ਇਹ ਚਾੜ ਲਈਏ ਅਤੇ ਫੇਰ ਵਲੌਗ ਬਣਾਉਂਦੇ ਬਾਕੀ ਹੁਣ ਚਾੜ ਕੇ ਅਤੇ ਕੱਸ ਲਵਾਂ ਮੈਂ ਇਹਨੂੰ ਆਪਣੇ ਲੱਗ ਗਏ ਆ ਸਾਰੇ ਹੀ ਆਹ ਵੀ ਲਾ ਤਾ ਅਤੇ ਆਹ ਵੀ ਲਾ ਤਾ ਕੱਸ ਦਿੱਤਾ ਇੱਧਰੋਂ ਵੀ ਆਹ ਵੀ ਇਹ ਹੋ ਗਿਆ ਕੱਸ ਹੋ ਗਿਆ ਬਸ ਆਹ ਕੰਪਰੈਸ਼ਰ ਵਾਲਾ ਰਹਿ ਗਿਆ ਪੈਪ ਕੱਸਣਾ ਅਤੇ ਟੈਂਕੀ ਹੁਣ ਕੱਸ ਦਈਏ ਪਹਿਲਾਂ ਇੱਥੇ ਕਾ ਜਿੱਦਾਂ ਪਹਿਲੇ ਵਾਲਿਆਂ ਦੀ ਕੱਸ ਦੇਣੀ ਆ ਬਾਅਦ 'ਚ ਇੱਥੇ ਇੱਦਾਂ ਕਲਰ ਕਰ ਦੇਵਾਂਗੇ ਆਪਾਂ ਹਾਂਜੀ ਅਤੇ ਆਹ ਹੁਣ ਰਹਿ ਗਿਆ ਲਾਉਣ ਵਾਲਾ ਟੈਂਕੀ ਉੱਧਰ ਹੋ ਗਈ ਕੱਸ ਹੁਣ ਇਹਨੂੰ ਆਪਾਂ ਲਾ ਲਈਏ
फिर चला के देखते हैं हवा हुण भी लीक करूगा या नहीं। अगे इत्थों ही जिहदा बैग हवा मार दिंदा सी आह वाले पासे दी, तो हुण आपां इहनूं कस लईए। हाँ जी, तो कंप्रैशर वाला भी कस दिता पैप, तो इधरों भी सारे कस दिते आ। हुण स्टार्ट करके तो चैक करते हैं एक आ स्टिकर जिहा लवाया सी, दस्सिओ किद्दां लगा। तो उदा इहनू अज दा कलर लिथ के बाकी कलर करा देवांगे। हुण स्टार्ट करके तो करते हैं चैक हवा भरते। हवा भरनी चालू हो गई है, तां जी तो अज का ब्लॉग करते हैं इतने खत्म। हवा हुण लीक नहीं होंदी, तो जिन्नी सी उन्नी आ, तो प्रैशर प्रुशर हुण तुहानूं चैक करा जांदा। आवाज़ देखी था ते आ भी पूरा वर्किंग आ। मोहला दलग रखा है आपां, तो हुण इहनूं करदे हां ट्रैक्टर नूं अंदर, तो बाद च इत्थे रंग लिया के मार देंगे। तो बस अज का ब्लॉग इत्थे करदे खत्म।